ਸੱਚੀ ਗੱਲ ਦੋਸਤੋ ਤੁਹਾਡਾ ਵੀ ਰਗਵੀਰ ਸਿੰਘ ਪਰਵਾਰ ਹਰ ਵੀਰੀ ਤੁਹਾਨੂੰ ਕਹਿਣਾ ਵੀ এমਪਲয়ার ਨੂੰ ਪੈਸੇ ਨਹੀਂ ਦੇਣੇ ਪੈਸੇ ਨਹੀਂ ਦੇਣੇ ਫਿਰ ਵੀ ਤੁਸੀਂ ਕੁਛ ਨਾ ਕੁਛ ਕੇਸ ਲੈ ਕੇ ਆ ਜਾਂਦੇ ਹੋ ਵੀ ਹਾਂ এমਪਲয়ার ਇੰਨੇ ਪੈਸੇ ਮੰਗਦਾ ਇੰਨੇ ਮੰਗਦਾ ਦੋਸਤੋ ਦੇਖੋ ਜਿੰਨਾ ਤੱਕ ਤੁਸੀਂ ਪੈਸੇ ਦੰਦੇ ਰਹੋਗੇ ਇਹਨਾਂ ਨੂੰ ਉਦੋਂ ਤੱਕ ਤੁਹਾਡਾ ਸ਼ੋਸ਼ਣ ਹੁੰਦਾ ਰਹੂਗਾ ਸੋ ਆਓ ਆਪਾਂ ਅੱਜ ਤੋਂ ਇੱਕ ਵੈਬ ਸੀਰੀ ਸ਼ੁਰੂ ਕਰਦੇ ਆ ਠੀਕ ਹੈ ਜੀ ਇਸ ਜੀ ਰੀਤੇ ਆਧਾਰ ਤੇ ਹੋਊਗੀ ਆਪਾਂ ਕੰਮ ਕਿੱਥੇ ਆ ਇਹਦੇ ਵਿੱਚ ਤੁਸੀਂ ਸਾਰੇ ਨੇ ਹੈਲਪ ਕਰਨੀ ਆ ਠੀਕ ਹੈ ਜੀ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਇਸ ਵੀਡੀਓ ਦੇ ਵਿੱਚ ਜੇ ਤੁਹਾਡੀ ਕੰਪਨੀ ਹਾਇਰ ਕਰ ਰਹੀ ਆ ਤੁਸੀਂ ਆਪ ਉਸ ਕੰਪਨੀ ਦੇ ਵਿੱਚ ਪੀਆਰ ਹੋ ਚੁੱਕੇ ਹੋ ਇਹਨਾਂ ਨੂੰ ਦੋ ਫਾਇਦੇ ਹੋਣਗੇ ਇੱਕ ਫਾਇਦਾ ਇਹ ਹੋਊਗਾ ਕਿ ਜਿਹੜਾ ਬੰਦਾ ਤੁਹਾਡੀ ਕੰਪਨੀ 'ਚ ਕੰਮ ਕਰੂਗਾ ਤਾਂ ਸ਼ੋਸ਼ਣ ਨਹੀਂ ਹੋਊਗਾ ਨੰਬਰ 2 ਦੇ ਉੱਤੇ ਤੁਸੀਂ ਇੱਕ ਗੁੱਡ 엠ਪਲੋਇਰ ਦੀ ਮਤਲਬ ਪਬਲਿਕਸਿਟੀ ਕਰ ਰਹੇ ਹੋ which is very good ਆਪਾਂ ਚੰਗੇ ਬੰਦਿਆਂ ਨੂੰ ਮੂਰੇ ਲੈ ਕੇ ਆਵਾਂਗੇ ਮਾਰਿਆਂ ਦਾ ਅਕਸ ਆਪਣੇ ਆਪ ਖਤਮ ਹੋ ਜਾਊਗਾ ਤੁਹਾਡੇ ਖਤਮ ਹੋ ਜਾਣਗੇ ਜੇ ਆਪਾਂ ਆਪਣੀ ਲਕੀਰ ਲੰਬੀ ਖਿੱਚ ਦਾਂਗੇ ਇਕ ਨਾ ਛੋਟੀ ਲਾਈਨ ਹੁੰਦੀ ਆ ਜਰੂਰੀ ਨਹੀਂ ਉਹਦਾ ਛੋਟੀ ਲਾਈਨ ਨੂੰ ਕੱਟ ਕੇ ਜਾਂ ਮਟੇ ਕੇ ਢਾ ਕੇ ਸਿੱਟ ਕੇ ਇਹਨੂੰ ਛੋਟੀ ਕਰਨਾ ਇਹਦੇ ਨਾਲ ਜਦੋਂ ਤੁਸੀਂ ਇੱਕ ਵੱਡੀ ਲਾਈਨ ਖਿੱਚ ਦਿੰਦੇ ਹੋ ਨਾ ਤੇ ਇਹ ਆਪਣੇ ਆਪ ਛੋਟੀ ਰਹਿ ਜਾਂਦੀ ਆ ਸੋ ਆਪਾਂ ਇੱਕ ਲਾਈਨ ਵੱਡੀ ਖਿੱਚਣੀ ਆ ਇਸੇ ਤਰ੍ਹਾਂ ਆਪਾਂ ਹੈਲਪ ਕਰਦੇ ਆ ਉਹਨਾਂ ਸਟੂਡੈਂਟਸ ਦੀ ਮੈਨੂੰ ਕਮੈਂਟ ਕਰਕੇ ਦੱਸੋ ਵੀ ਕਿਹੜੀ ਕੰਪਨੀ ਆ ਤੁਹਾਡੀ ਜਿਹਨੇ ਤੁਹਾਨੂੰ ਪੀਆਰ ਕਰਾਇਆ ਤੇ ਫ੍ਰੀ ਚ ਹੈਲਪ ਕਰਦੀ ਆ ਕੋਈ ਪੈਸਾ ਨਹੀਂ ਲੈਂਦੀ ਤੇ ਰਾਈਟ ਨਾਓ ਦੇ ਆਰ ਹਾਇਰਿੰਗ ਕਮਿਊਨਿਟੀਜ਼ ਦੇ ਵਿੱਚ ਹੋਵੇ ਸਕੈਚਵਨ ਦੇ ਵਿੱਚ ਹੋਵੇ ਫਿਰ ਮੈਂ ਤੁਹਾਡੇ ਕਮੈਂਟ ਦੇ ਉੱਤੇ ਵੀਡੀਓ ਪਾਉਂਗਾ ਤਾਂ ਕਿ ਆਪਾਂ ਲੋਕਾਂ ਨੂੰ ਹੋਰ ਅਵੇਅਰ ਕਰ ਸਕੀਏ ਤੇ ਲੋਕ ਤੁਹਾਡੀ ਕੰਪਨੀ ਦੇ ਵਿੱਚ ਹੋਰ ਕੰਮ ਕਰ ਸਕਣ ਸੋ ਇਹਦੇ ਨਾਲ ਇਹ ਨਾ ਸੋਚਿਓ ਤੁਹਾ ਸਾਡੀ ਜੌਬ ਛੁੱਟ ਜੂਗੀ ਜਾਂ ਐ ਆ ਤੁਸੀਂ ਪੀਆਰ ਹੋ ਚੁੱਕੇ ਹੋ ਗੁਰੂ ਮਾਰਾ ਨੇ ਤੁਹਾਨੂੰ ਬਹੁਤ ਕੁਝ ਦੇਣਾ ਹੋ ਸਕਦਾ ਇਹੀ ਇੱਕ ਜ਼ਰੀਆ ਹੋਵੇ ਜਿਸ ਦੇ ਨਾਲ ਤੁਸੀਂ ਆਪਣਾ ਆਪ ਦਾ ਬਿਜ਼ਨਸ ਕੋਲਣ ਬਾਰੇ ਸੋਚੋ ਹਨਾ ਤੇ ਗੁਰੂ ਮਾਰਾ ਬਹੁਤ ਕੁਝ ਤੁਹਾਨੂੰ ਦੇਊਗਾ ਵੰਡਣ ਦੇ ਨਾਲ ਕਦੇ ਵੀ ਕੋਈ ਗਰੀਬ ਨਹੀਂ ਹੋਇਆ ਅੱਜ ਤੱਕ ਇੱਕ ਵੀ ਮਿਸਾਲ ਮੈਨੂੰ ਦੇ ਦਿਓ ਵੀ ਵੰਡਣ ਦੇ ਨਾਲ ਕੋਈ ਗਰੀਬ ਹੋਇਆ ਹੋਵੇ ਨਹੀਂ ਹੋਇਆ ਨਾ ਸੋ ਆਪ ਤੁਸੀਂ ਇਸ ਚੀਜ਼ ਦੇ ਉੱਤੇ ਅਮਲ ਕਰਕੇ ਦੇਖਿਓ ਬਾਬਾ ਜੀ ਤੁਹਾਨੂੰ ਬਹੁਤ ਕੁਝ ਦੇਣਗੇ ਉਹਨਾਂ ਮਾਪੇਆਂ ਦੀਆਂ ਦੁਆਵਾਂ ਬਹੁਤ ਲੱਗਣੀਆਂ ਤੁਹਾਨੂੰ ਉਹਨਾਂ ਬੱਚਿਆਂ ਦੀਆਂ ਦੁਆਵਾਂ ਬਹੁਤ ਲੱਗਣੀਆਂ ਸੋ ਆਓ ਇਸ ਮੁਹਿੰਮ ਦੇ ਵਿੱਚ ਮੇਰਾ ਸਾਥ ਦਿਓ ਆਓ ਸ਼ੁਰੂ ਕਰਦੇ ਹਾਂ ਧੰਨਵਾਦ